ਕਿੱਥੋਂ ਆਇਆ ਕੈਸ਼ ਇਹਨਾਂ? ਕਿੱਥੋਂ ਆਇਆ ਕੈਸ਼ ਇਹਨਾਂ? ਘਰ ਦਾ ਮਾਤਾ ਇੰਨੇ ਪੈਸੇ ਥੋੜੀ ਕਿੱਥੇ ਘਰ ਕਾਪੀਆਂ ਕਿੱਥੇ ਤੇਰੇ ਬੈਂਕ ਦੀਆਂ ਕਾਪੀਆਂ? ਬੈਂਕ ਦੀਆਂ ਕਾਪੀਆਂ ਕਿੱਥੇ? ਆਮ ਤੌਰ ਤੇ ਤੁਸੀਂ ਗੈਂਗਸਟਰ ਕੋਲੋਂ ਜਾਂ ਡਰੱਗਸ ਪੈਡਲਰਸ ਕੋਲੋਂ ਲੱਖਾਂ ਰੁਪਈਏ ਬਰਾਮਦ ਕਰਦੇ ਹੋ, ਇਹ ਕਿਹੜੀ ਟੀਮ ਫੜਦੀ ਜਿਹਦੇ ਕੋਲ 8 ਲੱਖ ਰੁਪਈਆ ਹੀ ਬਰਾਮਦ ਕਰ ਲਿਆ? ਜਿਸ ਤਰ੍ਹਾਂ ਕਿ ਆਮ ਪਿੰਡਾਂ ਦੇ ਵਿੱਚ ਸੁਣਦੇ ਹਾਂ ਕਿ ਸਾਡੀਆਂ ਮੱਝਾਂ ਚੋਰੀ ਹੋ ਗਈਆਂ, ਇਸੇ ਤਰ੍ਹਾਂ ਹੀ ਫਤਿਹਗੜ੍ਹ ਥਾਣੇ ਦੇ ਵਿੱਚ ਵੀ ਦਿਲਬਾਗ ਸਿੰਘ ਪੁੱਤ ਨਰਿੰਦਰ ਸਿੰਘ ਪਿੰਡ ਬਦੋਵਾਲ ਖੁਰਦ ਨੇ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਕਿ 10 ਤਰੀਕ ਨੂੰ ਮੈਂ ਆਪਣੀਆਂ ਰਾਤ ਨੂੰ ਮੱਝਾਂ ਬੰਨ ਕੇ ਘਰ ਆਇਆ ਅਤੇ 11 ਤਰੀਕ ਨੂੰ ਸਵੇਰੇ 5 ਵਜੇ ਦੇਖਿਆ ਅਤੇ ਮੇਰੀਆਂ ਮੱਝਾਂ ਹਵੇਲੀ ਵਿੱਚ ਨਹੀਂ ਸੀ। ਉਸ ਦੇ ਸਟੇਟਮੈਂਟ ਤਹਿਤ ਅਸੀਂ 55/24 ਜਿਹੜਾ ਮੁਕੱਦਮਾ ਦਰਜ ਕੀਤਾ ਅਤੇ ਮਾਨਯੋਗ SSP ਮੈਮ ਦੀ ਦਿਸ਼ਾ ਨਿਰਦੇਸ਼ ਹੇਠ ਜਿਹੜੀਆਂ ਹੈਗੀਆਂ ਅਲੱਗ ਅਲੱਗ ਟੀਮਾਂ ਦਾ ਸੰਗਠਨ ਕੀਤਾ ਅਤੇ ਇਨਵੈਸਟੀਗੇਸ਼ਨ ਨੂੰ ਹਰ ਪੱਖ ਤੋਂ ਹੰਘਾਲਿਆ ਗਿਆ, ਜਿਵੇਂ ਕਿ ਡੰਪ ਚੁਕਵਾਇਆ ਗਿਆ, ਸਿਸਟੀ ਫੁਟੇਜ ਚੈੱਕ ਕੀਤੀ ਗਈ, ਕਾਲ ਡਿਟੇਲ ਚੈੱਕ ਕੀਤੀਆਂ ਗਈਆਂ ਕਿ ਅੰਤ ਇਹ ਮੱਝਾਂ ਚੋਰੀ ਕੌਣ ਕਰਦਾ ਅਤੇ ਕਿੱਥੇ ਜਾਂਦੀਆਂ ਹਨ। ਇਸੇ ਤਰ੍ਹਾਂ ਹੀ 18 ਤਰੀਕ ਨੂੰ ਸਾਨੂੰ 3 ਜਿਹੜੇ ਅਕਿਊਜ਼ ਦਾ ਪਤਾ ਲੱਗਾ ਕਿ ਜਿਨ੍ਹਾਂ ਨੇ ਮੱਝਾਂ ਚੋਰੀਆਂ ਕੀਤੀਆਂ ਸੀ, ਗੁਰਭੇਜ ਸਿੰਘ ਭੇਜਾ, ਗੁਰਨਾਮ ਸਿੰਘ ਗਾਮਾ ਅਤੇ ਵਿਕਰਮਜੀਤ ਸਿੰਘ ਵਿੱਕੀ, ਜਿਹੜੇ ਕਿ ਅਜਨਾਲਾ PS ਥਾਣੇ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਹੀ 3 ਮੱਝਾਂ ਚੋਰੀ ਕੀਤੀਆਂ ਸੀ। ਕਦੋਂ ਤੋਂ ਇਹ ਮੱਝਾਂ ਚੋਰੀ ਕਰਦੇ ਪਏ ਸੀ ਔਰ ਇਹਨਾਂ ਦਾ ਆਪਸ 'ਚ ਲਿੰਕ ਕੀ ਹੈ ਤਿੰਨਾਂ ਲੋਕਾਂ ਦਾ? ਇਹ ਜਿਹੜੇ ਗੁਰਨਾਮ ਸਿੰਘ ਗਾਮਾ ਅਤੇ ਗੁਰਭੇਜ ਸਿੰਘ ਭੇਜਾ ਹੈਗਾ, ਇਹ ਚਾਚਾ ਭਤੀਜਾ ਹੈਗਾ ਅਤੇ ਜਿਹੜਾ ਵਿਕਰਮਜੀਤ ਸਿੰਘ ਵਿੱਕੀ ਹੈਗਾ ਇਹ ਇਹਨਾਂ ਨੇ ਆਪਣਾ ਮੁਨਸ਼ੀ ਦੇ ਤੌਰ 'ਤੇ ਰੈਕੀ ਕਰਨ ਵਾਸਤੇ ਰੱਖਿਆ ਹੋਇਆ ਸੀਗਾ ਅਤੇ ਇਹ ਕਾਫੀ ਸਮੇਂ ਤੋਂ ਹੀ ਵਾਰਦਾਤਾਂ ਨੂੰ ਅੰਜਾਮ ਕਰ ਦਿੰਦੇ ਆ ਰਹੇ ਸੀਗੇ। ਇਹ ਜਿਹੜੀਆਂ ਮੱਝਾਂ ਚੋਰੀ ਕਰਦੇ ਸੀ ਇਹ ਜ਼ਿਆਦਾਤਰ ਘਰਾਂ 'ਚੋਂ ਹੀ ਕਰਦੇ ਸੀ ਔਰ ਦੁੱਧ ਵਾਲੀਆਂ ਮੱਝਾਂ ਚੋਰੀ ਕਰਦੇ ਸੀ, ਕੀ ਇਹਨਾਂ ਨੇ ਆਪਣਾ ਕੋਈ ਡੇਰੀ ਫਾਰਮ ਖੋਲਿਆ ਤਾਂ ਕਿ ਮੱਝਾਂ ਦੀ ਪੈਦਾਵਾਰ ਵਧਾਉਣ ਲਈ ਇਹ ਮੱਝਾਂ ਚੋਰੀ ਕਰਦੇ ਸੀ? ਜੀ, ਇਹ ਮੱਝਾਂ ਜਿਹੜੀਆਂ ਕਾਫੀ ਸਮੇਂ ਤੋਂ ਹੀ ਚੋਰੀ ਕਰਦੇ ਆ ਰਹੇ ਆ, ਜਿਵੇਂ ਕਿ ਇਹਨਾਂ ਨੇ ਪਹਿਲਾਂ ਵੀ 17 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ, 5-5 ਤੋਂ ਵੱਧ ਜਿਹੜੇ ਮੁਕੱਦਮੇ ਦਰਜ ਕੀਤੇ ਹੈਗੇ ਆ ਅਤੇ 50 ਤੋਂ ਵੱਧ ਕਰੀਬ ਜਿਹੜੇ ਹੈਗੇ ਆ ਉਹ ਮੱਝਾਂ ਜਿਹੜੀਆਂ ਹੁਣ ਤੱਕ ਚੋਰੀ ਕੀਤੀਆਂ ਵਾ। ਉਹਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਇਹ ਮੱਝਾਂ ਚੋਰੀ ਕਰਦੇ ਸੀਗੇ ਅਤੇ ਇਹ ਪਹਿਲਾਂ ਰੈਕੀ ਕਰਦੇ ਸੀ ਪ੍ਰੋਪਰ ਤਰੀਕੇ ਨਾਲ ਕਿ ਕੋਈ ਵੀ ਜਿਹੜਾ ਉੱਥੇ ਸਿਸਟੀ ਫੁਟੇਜ ਦੇ ਅੰਡਰ ਕਵਰੇਜ ਨਾ ਹੋਵੇ, ਸੈਕਿੰਡ ਕੋਈ ਚੌਂਕੀਦਾਰ ਕੋਈ ਵਗੈਰਾ ਖੜਾ ਨਾ ਹੋਵੇ ਅਤੇ ਜਿੱਥੇ ਇਹ ਚੀਜ਼ ਦੀ ਨਹੀਂ ਮਿਲਦੀ ਸੀ ਅਤੇ ਨਾਲ ਦੀ ਨਾਲ ਹੀ ਰਾਤ ਨੂੰ ਅੰਜਾਮ ਦੇ ਦਿੰਦੀ ਸੀ ਵਾਰਦਾਤ। ਅਤੇ ਇਹ ਮੱਝਾਂ ਨੂੰ ਚੋਰੀ ਕਰਕੇ ਇਹ ਵਾਰ ਸਵੇਰੇ 4 ਵਜੇ ਚੋਰੀ ਕਰਕੇ ਮਾਰਨਿੰਗ ਟਾਈਮ ਹੀ ਡੇਰਾ ਬਸੀ ਨੂੰ ਪਹੁੰਚ ਜਾਂਦੇ ਸੀ, ਉੱਥੇ ਫੈਕਟਰੀਆਂ ਦੇ ਵਿੱਚ ਕਿਲੋਆਂ ਦੇ ਵੇਟ ਦੇ ਭਾਰ ਨਾਲ ਜਿਹੜੇ ਹੈਗੇ ਸੀਗੇ ਉਹ ਮੱਝ ਨੂੰ ਵੇਚ ਦਿੰਦੇ ਸੀਗੇ। ਫਿਰ ਜਿਹੜੀ ਮੱਝਾਂ ਵੇਚਦੇ ਸੀ ਫੈਕਟਰੀਆਂ ਦੇ ਵਿੱਚ, ਕੀ ਮੱਝਾਂ ਜਿਹੜੀਆਂ ਫੈਕਟਰੀਆਂ 'ਚ ਵੇਚਦੇ ਸੀ ਲੀਗਲ ਨੇ ਉਹ ਫੈਕਟਰੀਆਂ ਕਿ ਜਾਂ ਇਨਲੀਗਲ ਨੇ? ਸਾਡੇ ਵੱਲੋਂ ਇਨਵੈਸਟੀਗੇਸ਼ਨ ਆਫਿਸਰ ਨੂੰ ਉੱਥੇ ਭੇਜਿਆ ਗਿਆ ਅਤੇ ਉੱਥੇ ਜਾ ਕੇ ਚੈੱਕ ਕਰਵਾਇਆ ਕਿ ਜਿਹੜੀਆਂ 2 ਡੇਰਾ ਬਸੀ ਦੇ ਵਿੱਚ ਫੈਕਟਰੀਜ਼ ਹੈਗੀਆਂ ਨੇ ਉਹ ਆਥੋਰਾਈਜ਼ਡ ਹੈਗੀਆਂ ਨੇ ਅਤੇ ਬਟ ਉਹਨਾਂ ਦੇ ਵਿੱਚ ਇੱਕ ਡਾਕਟਰੀ ਬੋਰਡ ਵੀ ਬਣਿਆ ਹੁੰਦਾ ਹੈ ਕਿ ਜਿਹੜੇ ਡਾਕਟਰ ਜਿਹੜੇ ਡੰਗਰ ਬਿਲਕੁਲ ਹੀ ਨਕਾਰਾ ਹੁੰਦੇ ਨੇ ਉਹਨਾਂ ਨੂੰ ਇਸ ਫੈਕਟਰੀ ਵਿੱਚ ਵਰਤਿਆ ਜਾਂਦਾ ਹੈ। ਬਟ ਇਹ ਜਿਹੜੇ 3 ਸਾਡੇ ਅਕਿਊਜ਼ ਹੈਗੇ ਆ ਉਹ ਇਹ ਕਿਸੇ ਟ੍ਰੇਡਰ ਦੇ ਨਾਲ ਗੱਲ ਕਰਕੇ ਦੈਨ ਉਹ ਜਿਹੜੇ ਹੈਗੇ ਉੱਥੇ ਮੱਝਾਂ ਨੂੰ ਕਿਲੋਆਂ ਦੇ ਭਾਰ ਨਾਲ ਵੇਚ ਦਿੰਦੇ ਸੀ ਤਾਂ ਇਹ ਜਿਹੜਾ ਇਹਨਾਂ ਦਾ ਮਾਲ ਸੀ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਜਿਹੜਾ ਕੀਤਾ ਜਾਂਦਾ ਹੈ। ਪੈਸੇ ਕਿੰਨੇ ਰਿਕਵਰ ਕੀਤੇ? ਇਹਨਾਂ ਕੋਲੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਅਸੀਂ ਰਿਕਵਰ ਕੀਤਾ ਹੈ, ਜਿਹੜਾ ਬੈਂਕ ਦੇ ਵਿੱਚ ਸੀਜ਼ ਕਰਵਾਇਆ ਸੀਗਾ। ਇਹਦੇ ਵਿੱਚ ਬਿਲਕੁਲ ਹੀ ਕਲੀਅਰ ਸੀਗੀ ਕਿ ਜਦੋਂ ਵੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਨਾਲ ਦੀ ਨਾਲ ਹੀ ਆਪਣੇ ਬੈਂਕ ਅਕਾਊਂਟ ਦੇ ਵਿੱਚ ਉਸੇ ਦਿਨ ਹੀ ਇਹਨਾਂ ਦੇ ਪੈਸੇ ਜਮ੍ਹਾਂ ਹੁੰਦੇ ਸੀਗੇ। ਪਰਿਵਾਰ ਦੇ ਕੀ ਹਾਲਾਤ ਨੇ, ਮਤਲਬ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ? ਫੈਮਿਲੀ ਜਿਵੇਂ ਕਿ ਦੇਖਿਆ ਕਿ ਜਦੋਂ ਕਿਸੇ ਇਲਾਕੇ ਦੇ ਵਿੱਚ ਲਾਈਕ 10 ਤੋਂ 12 ਮੱਝਾਂ ਚੋਰੀ ਕਰ ਲੈਂਦੇ ਸੀ ਉੱਥੇ ਕਿਤੇ ਨਾ ਕਿਤੇ ਮੁਕੱਦਮਾ ਵੀ ਦਰਜ ਹੁੰਦਾ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜਦੋਂ ਵੀ ਜ਼ਮਾਨਤ 'ਤੇ ਆਉਂਦੇ ਸੀਗੇ ਅਤੇ ਨਾਲ ਦੇ ਨਾਲ ਹੀ ਆਪਣਾ ਐਡਰੈਸ ਰਹਿਸ਼ੀ ਜ਼ਿਲ੍ਹਾ ਜਾਂ ਰਹਿਸ਼ੀ ਥਾਣਾ ਚੇਂਜ ਕਰ ਲੈਂਦੇ ਸੀ। ਹੁਣ ਤੱਕ ਇਹਨਾਂ ਦਾ 5ਵਾਂ ਜਿਹੜਾ ਰਹਿਸ਼ੀ ਜਿਹੜਾ ਥਾਣਾ ਸੀ ਉਹ ਚੇਂਜ ਕਰ ਚੁੱਕੇ ਸੀਗੇ, 5ਵੀਂ ਜਗ੍ਹਾ 'ਤੇ ਰਹਿ ਰਹੇ ਸੀਗੇ ਅਤੇ ਇਹਨਾਂ ਦੇ ਘਰ ਜਿਹੜਾ ਹੈਗੇ ਕਾਫੀ
ਸਮੇਂ ਤੋਂ ਚੋਰੀ ਕਰਦੇ ਆ ਰਹੇ ਸੀਗੇ ਅਤੇ ਇਹਨਾਂ ਦੇ ਹਾਲਾਤ ਕਾਫੀ ਫਿਲਹਾਲ ਚੰਗੇ ਸੀਗੇ। ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਰਿਮਾਂਡ 'ਤੇ ਲਿਆ, ਹੋਰ ਕਿਹੜੇ ਕਿਹੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਆ? ਦੇਖੋ ਕਿ ਜਿਵੇਂ ਇਹਨਾਂ ਨੇ ਆਪਣੇ ਡਾਕੂਮੈਂਟਸ ਦੇ ਨਾਲ ਹੀ ਫੋਰਜੀ ਡਾਕੂਮੈਂਟਸ ਬਣਾਏ ਹੈਗੇ, ਆਪਣਾ ਐਡਰੈਸ ਚੇਂਜ ਕਰਦੇ ਨੇ, ਇਸੇ ਤਰ੍ਹਾਂ ਹੀ ਪ੍ਰੋਪਰ ਇਨਵੈਸਟੀਗੇਸ਼ਨ ਪੱਖ ਤੋਂ ਹੰਘਾਲਿਆ ਜਾਏਗਾ ਅਤੇ ਹੋਰ ਵਾਰਦਾਤਾਂ ਜਿੱਥੇ ਜਿੱਥੇ ਵੀ ਦਿੱਤੀਆਂ ਹੈਗੀਆਂ ਉਸ ਨੂੰ ਪ੍ਰੋਪਰ ਵਿਚਾਰਿਆ ਜਾਏਗਾ ਅਤੇ ਇਹਨਾਂ ਦੀ ਇਨਵੈਸਟੀਗੇਸ਼ਨ ਪੱਖ ਤੋਂ ਵਿਚਾਰਿਆ ਜਾਏਗਾ।